ਇੱਕ ਤਾਂ ਇਹਦੀ ਸਪੀਡ ਹੈ, ਦੂਜਾ ਸਟੰਟ ਵਗੈਰਾ ਵਧੀਆ ਕਰਦਾ। ਲੈ ਜਾ ਝੋਟਿਆ, ਮਾਣ ਹੈ ਤੇਰੇ 'ਤੇ, ਲੈ ਜਾ। ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਮੇਰੇ ਵੀਰੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਲਓ ਜੀ ਸਵਾਗਤ ਹੈ ਜੀ ਅੱਜ ਦੀ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਆਪਣੇ ਇਹਨਾਂ ਟਰੈਕਟਰਾਂ ਨਾਲ। ਅਤੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਆਹ ਮੋਡਲ ਆਪਾਂ ਸੇਲ ਵਾਸਤੇ ਰੈਡੀ ਕੀਤੇ ਨੇ, ਅਤੇ ਅੱਜ ਇਹਦੇ ਨਾਲ ਕਰਦੇ ਹਾਂ ਵੀਡੀਓ ਸ਼ੂਟ, ਨਾਲੇ ਟੈਸਟ ਵਗੈਰਾ ਕਰ ਲਾਂਗੇ ਆਪਾਂ। ਅਤੇ ਦੋਵਾਂ ਟਰੈਕਟਰਾਂ ਦੇ ਗੇਅਰਬੋਕਸ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ। ਨਾਟ ਗਿਆਰਾਂ ਜਿਹੜਾ ਇਹਦੇ 'ਚ ਸਪੀਡ ਵਾਲਾ ਗੇਅਰਬੋਕਸ ਹੈ, ਜਿਹੜਾ ਆਪਣਾ ਮਹਿੰਦਰਾ ਹੈ ਉਹਦੇ ਵਿੱਚ ਪਾਵਰ ਵਾਲਾ ਗੇਅਰਬੋਕਸ ਹੈ, ਠੀਕ ਹੈ। ਅਤੇ ਦੋਵਾਂ ਦੀ ਆਪਣੀ ਆਪਣੀ ਖਾਸੀਅਤ ਹੈ, ਅਤੇ ਦੋਵਾਂ ਦੇ ਆਪੋ ਆਪਣੇ ਨੁਕਸਾਨ ਨੇ, ਠੀਕ ਹੈ। ਨਾਟ ਗਿਆਰਾਂ ਦੀ ਖਾਸੀਅਤ ਹੈ ਉਹਦੀ ਸਪੀਡ ਜ਼ਿਆਦਾ ਹੈ, ਨੁਕਸਾਨ ਇਹ ਆ ਕਿ ਉਹ ਜ਼ਿਆਦਾ ਵਜ਼ਨ ਨਹੀਂ ਖਿੱਚ ਸਕਦਾ। ਅਤੇ ਮਹਿੰਦਰੇ ਦੀ ਖਾਸੀਅਤ ਇਹ ਆ ਕਿ ਉਹ ਜਿੱਦਾਂ ਵਜ਼ਨ ਜ਼ਿਆਦਾ ਖਿੱਚ ਸਕਦਾ, ਅਤੇ ਨੁਕਸਾਨ ਇਹ ਆ ਕਿ ਉਹਦੀ ਸਪੀਡ ਘੱਟ ਹੈ। ਬਾਕੀ ਚਲੋ ਤੁਹਾਨੂੰ ਅੱਗੇ ਪਤਾ ਲੱਗ ਹੀ ਜਾਊਗਾ। ਪਹਿਲਾਂ ਆਪਾਂ ਔਨ ਕਰਦੇ ਹਾਂ ਆਪਣਾ ਨਾਟ ਗਿਆਰਾਂ, ਠੀਕ ਹੈ। ਅਤੇ ਦੋਵੇਂ ਇੱਕੋ ਰਿਮੋਟ ਤੋਂ ਵੈਸੇ ਚੱਲ ਸਕਦੇ ਨੇ, ਅਤੇ ਨਾਟ ਗਿਆਰਾਂ ਦੀ ਸਪੀਡ ਦੇਖ ਲਓ ਕਾਫੀ ਜ਼ਿਆਦਾ ਹੈ, ਠੀਕ ਹੈ। ਸਪੀਡ ਦਾ ਆਈਡੀਆ ਇੱਥੋਂ ਹੀ ਲੱਗ ਜੂ ਤੁਹਾਨੂੰ। ਤੁਰ ਲਗਾਉਣਾ ਟ੍ਰੈਕਟਰ ਸਲਿੱਪ ਕੱਢ ਜਾਂਦਾ, ਇੰਨੀ ਸਪੀਡ ਹੈ ਇਹਦਾ। ਇੱਕ ਸਲੋ ਮੋਸ਼ਨ ਸ਼ੂਟ ਕਰਦਾ ਮੈਂ। ਉਹ ਵੀ ਮੁੰਡੇ 9-11 ਦੀ ਕਲਿੱਪ ਵੇਖ ਲਈ ਹੋਣੀ ਤੁਸੀਂ ਸਲੋ ਮੋਸ਼ਨ ਵਾਲੀ। ਅਤੇ ਇਹਦੀ ਖਾਸੀਅਤ ਵੀ ਇਹੀ ਹੈ, ਇੱਕ ਤਾਂ ਇਹਦੀ ਸਪੀਡ ਹੈ, ਦੂਜਾ ਸਟੰਟ ਵਗੈਰਾ ਵਧੀਆ ਕਰਦਾ। ਦੇਖੋ ਬਾਕੀ ਟ੍ਰੈਕਟਰ ਦੀ ਕਟਾਈ ਵੀ ਹੈਗੀ, ਪਰ ਮੈਂ ਕਟਾਈ ਯੂਜ਼ ਨਹੀਂ ਕਰਨੇ ਆ, ਕਿਉਂਕਿ ਇੱਕ ਹੱਥ ਨਾਲ ਨਾ ਬਸ ਇਹਨੂੰ ਜਾਂ ਤਾਂ ਅੱਗੇ ਪਿੱਛੇ ਕਰ ਸਕਦੇ ਹਾਂ ਜਾਂ ਲੈਫਟ ਰਾਈਟ ਕਰ ਸਕਦੇ ਹਾਂ। ਇਸ ਕਰਕੇ ਮੈਂ ਇਹਦੀ ਸਪੀਡ ਹੀ ਦੇਖਣ ਦਿਆਂ ਵਾ। ਆਹ ਦੇਖੋ ਐਂ ਪੂਰੀ ਸਿਰਾ ਚੀਜ਼ਾ। ਵੈਸੇ ਤਾਂ ਮੈਂ ਵਲੋਗ ਵਾਲੇ ਚੈਨਲ 'ਤੇ ਵਿਖਾਇਆ ਹੋਇਆ, ਰੇਂਜ ਵਗੈਰਾ ਵੀ ਇਹਦੀ ਵਿਖਾਈ ਹੋਈ ਹੈ ਵੀ ਕਿੰਨੀ ਕੁ ਹੈ, ਅਤੇ ਰੇਂਜ ਵੀ ਇਹਦੀ ਕਾਫੀ ਠੀਕ ਠਾਕ ਹੈਗੀ ਹੈ। ਕਾਫੀ ਸਹੀ ਹੈ, ਲਗਭਗ 15 ਫੁੱਟ ਤੱਕ ਹੈਗੀ ਰੇਂਜ ਇਹਦੀ ਆਰਾਮ ਨਾਲ, ਬਾਕੀ ਠੀਕ ਹੈ। ਅਤੇ ਪਹਿਲਾਂ ਨਾ ਆਪਾਂ ਇਹਦੇ ਵਗੈਰਾ ਟਰਾਲੀ ਪਾ ਕੇ ਦੇਖਦੇ ਹਾਂ, ਇਹ ਟਰਾਲੀ ਖਿੱਚਦਾ ਹੈ ਜਾਂ ਕੀ ਸੀਨ ਹੈ, ਦੱਬਦਾ ਇਹ, ਅਤੇ ਉਹ ਤੋਂ ਬਾਅਦ ਫਿਰ ਆਪਾਂ ਮਹਿੰਦਰ ਪਿੱਛੇ ਪਾਵਾਂਗੇ ਟਰਾਲੀ, ਠੀਕ ਹੈ। ਮਹਿੰਦਰਾ 'ਚ ਫਸਟ ਟਾਈਮ ਚੱਲੂਗਾ, ਟਾਇਰ ਹੁੰਦੇ ਐਨ ਨਵੇਂ ਪਏ ਨੇ, ਕੰਮ 'ਤੇ ਅਜੇ ਵੈਸੇ ਕਾਫੀ ਆਉਣ ਵਾਲੇ ਇਹਦੇ ਸਟਿੱਕਰ ਸਟੁੱਕਰ ਰਹਿੰਦੇ ਨੇ, ਪਰ ਟੈਸਟਿੰਗ ਵੀ ਜ਼ਰੂਰੀ ਹੈ, ਇਸ ਕਰਕੇ ਮੈਂ ਕਿਹਾ ਵੀ ਇਹਨੂੰ ਲੈ ਹੀ ਜਾਈਏ ਮੈਦਾਨ 'ਚ। ਅਤੇ 9-11 ਵਿੱਚ ਟਰਾਲੀ ਪਾਤੀ ਆਪਾਂ, ਕਾਫੀ ਸਹੀ ਆ ਓਏ, ਠੀਕ ਹੈ। ਟਰੈਕਟਰ 'ਚ ਸਪੀਡ ਤਾਂ ਹੈਗੀ ਹੋਈ ਹੈ, ਪਰ ਪਾਵਰ 'ਚ ਵੀ ਇੰਨਾ ਮਾੜਾ ਨਹੀਂ ਹੈ ਟਰੈਕਟਰ, ਸਹੀ ਆ। ਖਾਲੀ ਟਰਾਲੀ 'ਤੇ ਖਿੱਚੀ ਫਿਰਦਾ ਝੋਟਾ, ਪਰ ਇਹਦੀ ਕੋਈ ਗਰੰਟੀ ਨਹੀਂ, ਸਹੀ ਹੈ। ਓਕੇ ਦੀ ਰਿਪੋਰਟ ਹੈ। ਆਹ ਤਾਂ ਹੌਕੀ ਲੱਗ ਗਈ ਥੱਲੇ, ਚਲੋ ਖਾਲੀ ਤਾਂ ਲੈ ਜਾਂਦਾ, ਪਰ ਹੀ ਮੇਰੇ ਹਿਸਾਬ ਨਾਲ ਤਾਂ ਮੁਸ਼ਕਿਲ ਹੈ, ਪਰ ਹੀ ਨਹੀਂ ਖਿੱਚਦਾ। ਬਾਕੀ ਚਲੋ ਆਪਾਂ ਮਿੱਟੀ ਪਾ ਕੇ ਭਰ ਲੈਂਦੇ ਹਾਂ ਇਹਨੂੰ। ਲਓ ਵੀ ਮੁੰਡੇ ਟਰਾਲੀ 'ਚ ਨੋਰਮਲ ਜੀ ਮਿੱਟੀ ਪਾਤੀ ਹੈ ਮੈਂ, ਬਾਹਲੀ ਚੋਟੀ ਲਾ ਕੇ ਨਹੀਂ ਭਰੀ, ਕਿਉਂਕਿ ਇੱਕ ਤਾਂ ਟਰਾਲੀ ਟਰੈਕਟਰ ਦੇ ਹਿਸਾਬ ਨਾਲ ਵੱਡੀ ਹੈ, ਠੀਕ ਹੈ, ਆਪਣੇ ਦੂਜੇ ਟਰੈਕਟਰਾਂ ਦੀ ਟਰਾਲੀ ਹੈ, ਜ਼ਿਆਦਾ ਵੱਡੀ ਤਾਂ ਨਹੀਂ ਮੈਂ ਕਹਿੰਦਾ, ਪਰ ਥੋੜ੍ਹਾ ਫਰਕ ਹੈਗਾ ਏ। ਇਹਦੇ ਵਾਸਤੇ ਆਉਣ ਵਾਲੇ ਟਾਈਮ 'ਚ ਅੱਗੇ ਟਰਾਲੀਆਂ ਆਪਾਂ ਬਣਾ ਲਾਂਗੇ। ਅਤੇ ਲਓ ਵੀ ਪਲੇਨ 'ਤੇ ਤਾਂ ਭਰੀ ਟਰਾਲੀ ਆਰਾਮ ਨਾਲ ਖਿੱਚਣ ਦਿਆ ਸਹੀ, ਜਿਵੇਂ ਓਕੇ ਆ।
ਦੱਬ ਤਾਂ ਜਾਂਦਾ ਹੀ, ਉਹ ਤਾਂ ਨੋਰਮਲ ਜਿਹੀ ਗੱਲ ਹੈ। ਜੇ ਸਪੀਡ ਵਾਲਾ ਗੇਅਰਬੋਕਸ ਹੋਊਗਾ ਤਾਂ ਟਰੈਕਟਰ ਦੱਬੂਗਾ ਹੀ, ਠੀਕ ਹੈ। ਹੁਣ ਦੋਵੇਂ ਚੀਜ਼ਾਂ ਇੱਕੋ ਟਰੈਕਟਰ 'ਚ ਨਹੀਂ ਮਿਲ ਸਕਦੀਆਂ, ਸਪੀਡ ਵੀ ਅਤੇ ਪਾਵਰ ਵੀ। ਬਾਕੀ ਫਿਰ ਵੀ ਆਪਦੇ ਹਿਸਾਬ ਨਾਲ ਸਹੀ ਹੈ। ਆਪਦਾ ਪੂਰਾ ਜ਼ੋਰ ਲਾਉਂਦਾ ਟਰੈਕਟਰ, ਉਮੀਦ ਆ ਇੱਥੋਂ ਤਾਂ ਕੱਢ ਦਾਂਗਾ ਪਿੱਛੇ ਨੂੰ, ਅੱਗੇ ਨੂੰ ਭਾਵੇਂ ਨਿਕਲੇ ਨਾ ਨਿਕਲੇ। ਠੀਕ ਹੈ, ਆਹ ਦੇਖ ਲਿਆ ਤੁਸੀਂ ਇੱਥੇ ਦਾ ਜਲਵਾ, ਅਤੇ ਹੁਣ ਵਾਰੀ ਹੈ ਆਪਣੇ ਮਹਿੰਦਰੇ ਦੀ। ਠੀਕ ਹੈ, ਲਓ ਵੀ ਮੁੰਡਿਓ 9-11 ਦੀ ਜਗ੍ਹਾ 'ਤੇ ਆ ਗਿਆ ਜੀ ਆਪਣਾ ਮਹਿੰਦਰਾ, ਅਤੇ ਇਹ ਵੇਖੋ ਹੁਣ ਕੀ ਕਰਦਾ। ਜਮੀ ਫੁੱਸ ਹੋ ਗਿਆ, ਇਹ ਤਾਂ ਉਹਦੇ ਨਾਲੋਂ ਵੀ ਟੱਪ ਗਿਆ। ਅਸਲ 'ਚ ਨਾ ਮੇਨ ਪ੍ਰੋਬਲਮ ਇਹਦੀ ਬੈਟਰੀ ਦੀ, ਇਹਦੇ ਬੈਟਰੀ ਡਾਊਨ ਹੈ, ਮੈਨੂੰ ਬੈਟਰੀ ਚੇਂਜ ਕਰ ਲੈਣ ਦਿਓ। ਲਓ ਵੀ ਮੁੰਡਿਓ ਬੈਟਰੀ ਕਰਤੀ ਆਪਾਂ ਚੇਂਜ, ਹੁਣ ਦੇਖਦੇ ਹਾਂ। ਦੇਖ ਲਓ ਵੀ 9-11 ਜਿੱਥੇ ਐਂ ਬਿਲਕੁਲ ਰੁਕ ਗਿਆ ਸੀਗਾ, ਠੀਕ ਹੈ। ਟਰੈਕਟਰ ਜਿੱਦਾਂ ਟਾਇਰ ਨਹੀਂ ਗੇੜ ਨੂੰ ਰੋਕਣ ਦਿਆ, ਠੀਕ ਹੈ, ਟਰੈਕਟਰ ਆਪਦਾ ਪੂਰਾ ਜ਼ੋਰ ਲਾਈ ਜਾਣ ਦਿਆ ਜਿੰਨਾ ਹੈਗਾ, ਨਹੀਂ ਤਾਂ 9-11 ਮਰ ਗਿਆ ਸੀਗਾ। ਇਹਨਾਂ ਦੋਵਾਂ ਗੇਅਰਬੋਕਸਾਂ 'ਚ ਇਹ ਫਰਕ ਹੈ, ਇਹਦੇ ਜਿਹੜਾ ਗੇਅਰਬੋਕਸ ਹੈ ਉਹ ਸਲੋਅ ਚੱਲਦਾ ਪਰ ਪਾਵਰ ਲਾਉਂਦਾ ਉਹਦੀ ਪੂਰੀ, ਲੈ ਜਾਊਗਾ ਔਖਾ ਸੌਖਾ ਹੋ ਕੇ। ਮਹਿੰਦਰੇ ਵਾਲੀ ਸ਼ਕਤੀ ਵਿਖਾਉਣੀ ਪੈਣੀ ਉਹਨੇ ਯਾਰ, ਮਹਿੰਦਰਾ DI 265 ਹੈ, ਇਸ ਕਰਕੇ ਉੱਦਾਂ ਹੀ ਖਿੱਚਦਾ ਟਰਾਲੀ। ਇੱਕ ਨਾ ਮੈਨੂੰ ਛੋਟੀ ਜਿਹੀ ਮੋਡੀਫਿਕੇਸ਼ਨ ਕਰ ਲੈਣ ਦਿਓ, ਇਹਦੇ ਨਾਲ ਫਰੰਟ 'ਤੇ ਵੇਟ ਪਾ ਦਈਏ ਆਪਾਂ ਬੰਪਰ 'ਤੇ, ਟਰੈਕਟਰ ਨਾ ਇੱਕੋ ਦਮ ਅੱਗੋਂ ਚੱਕਿਆ ਜਾਂਦਾ ਉਹਦੇ ਕਰਕੇ ਜ਼ੋਰ ਨਹੀਂ ਲਾਉਣ ਦਿਆ। ਲਓ ਵੀ ਟਰੈਕਟਰ 'ਤੇ ਅੱਗੇ ਨਾ ਵੇਟ ਪਾ ਦਾ ਥੋੜ੍ਹਾ ਜਿਹਾ, ਇਹਦੇ ਨਾਲ ਬੜਾ ਫਰਕ ਪੈ ਜੂਗਾ, ਟਰੈਕਟਰ ਕੋਲ ਘੱਟ ਚੀਚੂਗਾ ਜ਼ੋਰ ਪੂਰਾ ਲਾਊਗਾ। ਆ ਜੇ ਮਹਿੰਦਰੇ ਦੀ ਟੋਪ ਸਪੀਡ, ਠੀਕ ਹੈ, ਮਹਿੰਦਰੇ ਦੀ ਟੋਪ ਸਪੀਡ ਹੈ। ਮੌਕੇ 'ਤੇ ਮੈਂ ਕਟਾਈ ਕੰਟਰੋਲ ਨਹੀਂ ਕਰ ਸਕਦਾ, ਮੇਨ ਪ੍ਰੋਬਲਮ ਇਹ ਆ। ਲੋ ਮੁੰਡਿਓ ਜੋ ਵੀ ਹੈਗਾ ਜਿਵੇਂ ਦਾ ਵੀ ਹੈਗਾ ਤੁਹਾਡੇ ਸਾਹਮਣੇ ਆ, ਠੀਕ ਹੈ, ਇਹਦੇ 'ਚ ਕੁਛ ਨਹੀਂ ਲਗਾਇਆ ਕਿ ਟਰੈਕਟਰ 'ਚ ਪਾਵਰ ਘੱਟ ਹੈ ਜ਼ਿਆਦਾ ਹੈ, ਜਿਵੇਂ ਦਾ ਵੀ ਹੈਗਾ ਤਾਂ ਤੁਹਾਡੇ ਸਾਹਮਣੇ ਆ, ਠੀਕ ਹੈ। ਇਹ ਦੋ ਵੈਰੀਐਂਟ ਨੇ ਟਰੈਕਟਰ ਦੇ, ਦੋ ਵੈਰੀਐਂਟ ਕਹਿ ਲਓ, ਦੋ ਆਪਸ਼ਨ ਕਹਿ ਲਓ, ਠੀਕ ਹੈ, ਇੱਕ 9-11 ਅਤੇ ਇੱਕ ਮਹਿੰਦਰਾ। ਇਹ ਗੇਅਰਬੋਕਸ ਦੋਵਾਂ 'ਚ ਹੀ ਚੇਂਜ ਹੋ ਜਾਣਗੇ, 9-11 ਦੇ ਵਿੱਚ ਵੀ ਆਪਾਂ ਆਹ ਗੇਅਰਬੋਕਸ ਪਾ ਸਕਦੇ ਹਾਂ, ਠੀਕ ਹੈ, ਅਤੇ ਇਹਦੇ ਵਿੱਚ ਆਪਾਂ 9-11 ਵਾਲਾ ਗੇਅਰਬੋਕਸ ਪਾ ਸਕਦੇ ਹਾਂ, ਇਹਦੇ 'ਚ ਪਾਵਰ ਜ਼ਿਆਦਾ ਹੈ, ਉਹਦੇ 'ਚ ਸਪੀਡ ਜ਼ਿਆਦਾ ਹੈ, ਠੀਕ ਹੈ, ਜੋ ਵੀ ਆ ਤੁਹਾਡੇ ਸਾਹਮਣੇ ਆ। ਹੁਣ ਮੇਨਲੀ ਆਪਾਂ ਟਰੈਕਟਰ 'ਚ ਆ ਹੀ ਚੈੱਕ ਕਰਨਾ ਸੀ ਕਿ ਪਾਵਰ ਕਿੰਨੀ ਕੁ ਹੈ, ਨਾਲੇ ਤੁਹਾਨੂੰ ਹੋਣਾ ਹੀ ਚਲਾ ਕੇ, ਠੀਕ ਹੈ। ਇਹ ਟਰੈਕਟਰ ਇੱਦਾਂ ਦਾ ਜੋ ਵੀ ਹੈਗਾ ਜਿਵੇਂ ਦਾ ਵੀ ਹੈਗਾ ਤੁਹਾਡੇ ਸਾਹਮਣੇ ਆ। ਦੇਖ ਲਓ ਮੁੰਡਿਓ ਆਹ ਜੇ ਮਹਿੰਦਰਾ, ਕਿਉਂਕਿ ਵੇਖਣ 'ਚ ਮੈਨੂੰ ਤਾਂ ਮਹਿੰਦਰਾ ਸਿਰਾ ਲੱਗਣ ਦਿਆ, ਹੈ ਤਾਂ 9-11 ਵੀ ਸਿਰਾ, ਇਹਦੇ 'ਤੇ ਛੱਤਰੀ ਵਗੈਰਾ ਰਹਿੰਦੀ ਹਜੇ ਲੱਗਣ ਵਾਲੀ,
ਬਾਕੀ ਇਹਦੇ 'ਤੇ ਸਲੰਸਰ ਵੀ ਰਹਿੰਦਾ ਅਤੇ ਸਟਿੱਕਰ ਵਗੈਰਾ ਰਹਿੰਦੇ ਨੇ, ਬਾਕੀ ਓਵਰਆਲ ਟਰੈਕਟਰ ਮੈਨੂੰ ਸਹੀ ਲੱਗਣ ਦਿਆ ਵੇਖਣ 'ਚ, ਠੀਕ ਹੈ। ਬਾਕੀ ਕਮੈਂਟ ਕਰਿਓ ਤੁਸੀਂ ਕਿੱਦਾਂ ਦਾ ਲੱਗਾ ਟਰੈਕਟਰ। ਬਾਕੀ ਟਰਾਲੀ ਫਿਲਹਾਲ ਤਾਂ ਇੱਕ ਵਾਰੀ ਆਹੀ ਟਰਾਲੀ ਹੈ ਇਹਦੇ ਪਿੱਛੇ, ਠੀਕ ਹੈ। ਇਹ ਟਰਾਲੀ ਥੋੜ੍ਹੀ ਸਾਈਜ਼ 'ਚ ਵੱਡੀ ਹੈ ਅਤੇ ਛੋਟੀ ਟਰਾਲੀ ਬਣਾਵਾਂਗੇ ਆਪਾਂ। ਬਾਕੀ ਟਰਾਲੀ ਦੇ ਵਿੱਚ ਸਾਰੀ ਮਿੱਟੀ ਹੋਈ ਹੈ, ਇਹ ਨਹੀਂ ਗਾ ਕਿ ਥੱਲੇ ਕੁਛ ਪਾਇਆ ਹੋਇਆ, ਠੀਕ ਹੈ। ਚਲੋ ਫਿਰ ਆਪਾਂ ਨਾ ਆਹ ਵੀਡੀਓ ਕਰਦੇ ਹਾਂ ਇੱਥੇ ਐਂਡ, ਠੀਕ ਹੈ। ਵੈਸੇ ਤਾਂ ਇਹਨਾਂ ਦੀ ਮੈਂ ਟੋਜਣਾ ਦੀ ਵੀਡੀਓ ਵੀ ਸ਼ੂਟ ਕਰਨੀ ਹੈ ਅਤੇ ਉਹ ਮੈਂ ਨੈਕਸਟ ਸ਼ੂਟ ਕਰ ਲਵਾਂਗਾ, ਆਹ ਵੀਡੀਓ ਕਾਫੀ ਲੰਮੀ ਹੋ ਗਈ ਹੈ। ਅਤੇ ਚਲੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ 'ਚ, ਅਤੇ ਕਮੈਂਟ ਜ਼ਰੂਰ ਕਰਿਓ ਕਿ ਟਰੈਕਟਰ ਸੇਲ ਵਾਸਤੇ ਕਿੱਦਾਂ ਦੇ ਨੇ। ਮਿਲਦੇ ਹਾਂ ਨੈਕਸਟ ਵੀਡੀਓ 'ਚ, ਅਤੇ ਨੈਕਸਟ ਵੀ ਸ਼ਾਇਦ ਇਹਨਾਂ ਦੀ ਟੋਜਣਾ ਦੀ ਆਊਗੀ ਜਾਂ ਦੇਖਦੇ ਹਾਂ ਆਪਣੇ ਵੱਡੇ ਟਰੈਕਟਰਾਂ ਨਾਲ ਕਰਦੇ ਹਾਂ ਟੋਜਣਾ, ਠੀਕ ਹੈ। ਓਕੇ ਬਾਏ, ਟਾਟਾ।